ਨਮਸਕਾਰ ਦੋਸਤੋ ਮੈਂ ਹਾਂ ਤੁਹਾਡਾ ਦੋਸਤ ਮਨੂ ਮੋੜ ਤੇ ਕਾਫੀ ਬੱਚੇ ਹਲੇ ਵੀ ਕਨਫਿਊਜ਼ ਨੇ ਕਿ ਵਾਰਡ اٹینڈੰਟ ਤੇ ਮੈਟਰਨ ਦੀ ਜਿਹੜੀ ਪੋਸਟ ਆਈ ਸੀ ਉਸ ਦਾ ਫਾਈਨਲ ਰਿਜ਼ਲਟ ਕਦੋਂ ਹੀ ਅਪਲੋਡ ਕਰਨੀ ਹੈ ਦੇਖੋ ਇਹਨਾਂ ਨੇ ਪਿੱਛੇ ਹਾਲੇ ਦਿਨ ਮਤਲਬ ਕਿ ਕੁਝ ਦਿਨਾਂ ਪਹਿਲਾਂ ਹੀ ਇੱਕ ਕਾਉਂਸਲਿੰਗ ਕੀਤੀ ਸੀ ਠੀਕ ਹੈ ਉਸ ਦਾ ਨੋਟੀਫਿਕੇਸ਼ਨ ਵੀ ਮੈਂ ਤੁਹਾਨੂੰ ਪ੍ਰੋਵਾਈਡ ਕਰਵਾਇਆ ਸੀ ਹੁਣ ਇਹਨਾਂ ਨੇ ਇੱਕ ਨੋਟੀਫਿਕੇਸ਼ਨ ਹੋਰ ਪ੍ਰੋਵਾਈਡ ਕਰਾਇਆ ਇੱਥੇ ਆਪਾਂ ਚੈੱਕ ਕਰਦੇ ਹਾਂ 7 12 2022 ਦਾ ਨੋਟੀਫਿਕੇਸ਼ਨ ਹੈ ਤੇ ਇਸ ਵਿੱਚ ਕੀ ਲਿਖਿਆ ਹੋਇਆ ਆਪਾਂ ਇਸ ਨੂੰ ਕਲਿੱਕ ਕਰਕੇ ਦੇਖ ਲੈਣੇ ਬਾਕੀ ਮੈਂ ਰੀਡ ਕੀਤਾ ਸੀ ਇੱਕ ਵਾਰੀ ਇਸ ਦਾ ਮੇਨ ਮੇਨ ਗੱਲਾਂ ਤੁਹਾਨੂੰ ਮੈਂ ਦੱਸ ਦੇਣਾ ਇਸ ਵਿੱਚ ਕੀ ਹੈ ਜਿਹੜੇ ਕਾਉਂਸਲਿੰਗ ਦੇ ਕੈਂਡੀਡੇਟ ਨਹੀਂ ਪਹੁੰਚੇ ਸੀ ਉਹਨਾਂ ਵਾਸਤੇ ਇੱਕ ਹੋਰ ਡੇਟ ਇਹਨਾਂ ਨੇ ਜਾਰੀ ਕੀਤੀ ਹੈ ਜਿਹੜੇ ਗੈਰ ਹਾਜ਼ਰ ਰਹਿਣ ਵਾਲੇ ਉਮੀਦਵਾਰ ਸੀ ਉਹਨਾਂ ਨੂੰ ਹੁਣ 12 12 2022 ਦਿਨ ਸੋਮਵਾਰ ਨੂੰ ਕਾਉਂਸਲਿੰਗ ਲਈ ਬੁਲਾਇਆ ਗਿਆ ਓਕੇ ਹੁਣ ਜਿਹੜੇ ਵੀ ਕੈਂਡੀਡੇਟ ਐਬਸੈਂਟ ਸੀ 15 5 12 2022 ਤੋਂ 7 12 2022 ਤੱਕ ਗੈਰ ਹਾਜ਼ਰ ਰਹਿਣ ਵਾਲੇ ਉਮੀਦਵਾਰ 12 12 ਨੂੰ ਦੁਬਾਰਾ ਕਾਉਂਸਲਿੰਗ ਤੇ ਜਾ ਸਕਦੇ ਆ ਓਕੇ ਤਾਂ ਹੁਣ ਜਿਹੜੇ ਵੀ ਕੈਂਡੀਡੇਟ ਨਹੀਂ ਗਏ ਇਸ ਵਾਰ ਜ਼ਰੂਰ ਜਾਇਓ ਕਿਸਮਤ ਦਾ ਕੋਈ ਪਤਾ ਨਹੀਂ ਹੁੰਦਾ ਕਦੋਂ ਖੁੱਲ ਜਾਵੇ ਓਕੇ